ਨਾਲ ਆ ਚੈਂਪੀਅਨ ਖੋਲਿਆ ਸੀ ਅੱਜ ਤੇਲ ਬ੍ਰੇਕਾਂ ਵਾਲਾ। ਆ ਲਓ ਮਿੱਤਰੋ ਖੋਲਤਾ ਜਿਹੜਾ 44 ਤੁਹਾਨੂੰ ਕਿਹਾ ਸੀਗਾ ਅਤੇ ਡਬਲ ਕਲੱਚ ਗੇਅਰ ਆ। ਸਵਾਗਤ ਆ ਦੋਸਤੋ ਇੱਕ ਨਵੀਂ ਵੀਡੀਓ ਦੇ ਵਿੱਚ ਭਗਵਾਨ ਟਰੈਕਟਰ ਪਟਿਆਲਾ ਦਾ ਯੂਟਿਊਬ ਚੈਨਲ ਨੂੰ ਜਿੰਨਾ ਤੁਸੀਂ ਪਿਆਰ ਦੇ ਰਹੇ ਹੋ ਅਤੇ ਬਹੁਤ ਬਹੁਤ ਧੰਨਵਾਦ ਆ ਸਾਰੇ ਭਰਾਵਾਂ ਦਾ ਜਿਹੜੇ ਆਪਣੀ ਵੀਡੀਓ ਦੇਖਦੇ ਆ, ਲਾਈਕ ਕਰਦੇ ਆ, ਸ਼ੇਅਰ ਕਰਦੇ ਆ ਮਿੱਤਰ ਪਿਆਰੇ ਜਿੰਨੇ ਵੀ ਆ। ਅਤੇ ਬੇਨਤੀ ਇਹ ਆ ਵੀ ਵੀਰੇ ਆਪਣਾ ਜਿੰਨਾ ਵੀ ਭਰਾ ਮੇਰੇ ਦੇਖਦੇ ਆ ਵੀਡੀਓ ਜ਼ਰੂਰ ਇੱਕ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ। ਅਤੇ ਅੱਗੇ ਹੁਣ ਪਹਿਲਾਂ ਵੀਡੀਓ ਨਹੀਂ ਪੈਂਦੀ ਰੋਜ਼, ਹੁਣ ਵੀਡੀਓ ਕੋਸ਼ਿਸ਼ ਕਰਾਂਗੇ ਰੋਜ਼ ਪਾਉਣ ਦੀ, ਭਾਵੇਂ ਛੋਟੀ ਡਿਟੇਲ ਵੀ ਹੋਵੇ ਭਾਵੇਂ ਵੱਡੀ ਹੋਵੇ, ਜਿੰਨਾ ਕੁ ਹੋ ਸਕੇ ਆਪਾਂ ਜ਼ਰੂਰ ਅੱਗੇ ਜੋ ਜੋ ਕੰਮ ਚੱਲਦਾ ਆਪਣਾ ਹੌਲੀ ਹੌਲੀ ਉਹਦੀ ਬਣਾ ਕੇ ਪਾਇਆ ਕਰਾਂਗੇ। ਭਾਵੇਂ ਥੋੜ੍ਹੀ ਮੈਨੂੰ ਸਾਰਿਆਂ ਦੇ ਤਕਰੀਬਨ ਫੋਨ ਇਹੀ ਆਉਂਦੇ ਆ ਭਾਅ ਜੀ ਵੀਡੀਓ ਡੇਲੀ ਪਾਇਆ ਕਰੋ ਭਾਵੇਂ ਛੋਟੀ ਪਾਇਆ ਕਰੋ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਭਰਾਵਾ ਸਾਰਿਆਂ ਨੂੰ ਜਾਣਕਾਰੀ ਪਟਿਆਲੇ ਕੀ ਕੁਛ ਚੱਲਣ ਦਿਆ, ਕਿਹੜੇ ਟਰੈਕਟਰ ਤਿਆਰ ਹੁੰਦੇ ਆ, ਕੀ ਮੋਡੀਫਿਕੇਸ਼ਨ ਹੁੰਦੀ ਆ ਡੀਜ਼ਲ ਪੰਪ ਦੇ ਵਿੱਚ, ਕੀ ਮੋਡੀਫਿਕੇਸ਼ਨ ਹੁੰਦੀ ਆ ਟਰਬੋ, ਕੀ ਚੀਜ਼ ਹੈ, ਕੀ ਹੋਸ ਪਾਵਰ ਟਰਬੋ ਨਾਲ ਵੱਧਦੀ ਆ, ਲਿਫਟ ਟਾਪਿਆਂ ਦੀ ਮੈਂ ਪਹਿਲਾਂ ਬਹੁਤ ਰੌਲਾ ਪਾਉਂਦਾ ਰਿਹਾ ਅੱਜ ਤੋਂ ਸੀਜ਼ਨ ਚੱਲਣ ਤੋਂ ਪਹਿਲਾਂ ਵੀ ਭਰਾਵਾ, ਜਿਨ੍ਹਾਂ ਨੇ ਟਾਪੇ ਸੁਪਰ ਸੀਟਰ ਚਲਾਉਣੇ ਆ ਆਪਣੇ ਟਾਪੇ ਜ਼ਰੂਰ ਹੈਵੀ ਕਰਾਓ। ਹੁਣ ਤੱਕ ਟਾਪੇ ਬਦਲੀ ਜਾਂਦੇ ਆ ਲੋਕ, ਕਿਉਂ ਤਕਰੀਬਨ ਦੇਖੋ ਹਰ ਬੰਦੇ ਦਾ ਗੁਜ਼ਾਇਸ਼ ਆਪਦੀ ਆਪਦੀ ਹੁੰਦੀ ਆ, ਅਗਲਾ ਸਾਰ ਦਾ ਵੀ ਮੇਰਾ ਸਰ ਜੇ। ਅਤੇ ਤਕਰੀਬਨ ਹੁਣ 44 ਖੋਲਿਆ ਇੱਕ, 44 ਦੇ ਇੰਜਣ ਬਾਰੇ ਬੜੇ ਫੋਨ ਆਇਆ ਕਿ ਭਰਾ ਨੇ 44 ਦਾ ਇੰਜਣ ਲੈਣਾ, ਬਹੁਤ ਵਧੀਆ ਇੰਜਣ ਆਪਣੇ ਵਿੱਚ 744 ਆਇਆ ਹੋਇਆ, 855 ਆਇਆ ਹੋਇਆ ਅਤੇ ਸੋਨਾਲੀਕਾ 750 ਦਾ ਇੰਜਣ ਜਾਂ ਪਿਛਲਾ ਹਿੱਸਾ ਕਿਸੇ ਭਰਾ ਨੇ ਲੈਣਾ, ਬਹੁਤ ਵਧੀਆ ਕੰਡੀਸ਼ਨ ਦੇ ਵਿੱਚ 750 ਸੋਨਾਲੀਕਾ ਦਾ ਪਿਛਲਾ ਹਿੱਸਾ ਪਿਆ। ਅਤੇ ਬਾਕੀ ਫਾਰਮ ਟਰੈਕ ਦੇ ਤੁਹਾਨੂੰ ਡਿਟੇਲ ਪਾਉਂਦੇ ਹਾਂ, ਫਾਰਮ ਟਰੈਕ ਦੀ ਪਹਿਲਾਂ ਵੀ ਦੱਸਿਆ ਵੀ ਤੇਲ ਬ੍ਰੇਕਾਂ ਅਤੇ ਇੰਜਣ ਆਈ ਜਾਂਦੇ ਆ, ਵਿਕੀ ਜਾਂਦੇ ਆ, ਤਕਰੀਬਨ ਖੜਦਾ ਕੁਛ ਨਹੀਂ ਗਾ। ਤਕਰੀਬਨ ਦੁਕਾਨਦਾਰ ਵੀ ਸੀਜ਼ਨ ਦੇ ਅਕਾਊਂਟ ਦੀ ਚੀਜ਼ ਲਿਆਉਂਦਾ, ਜਿਹੜੀ ਚੀਜ਼ ਚੱਲਣ ਲਈ ਆ ਟ੍ਰੈਂਡਿੰਗ ਦੇ ਵਿੱਚ ਉਹੀ ਚੀਜ਼ ਲਿਆਉਣ ਦੀ ਕੋਸ਼ਿਸ਼ ਕਰੀਦੀ ਆ। ਉਹ ਕੰਮ ਅੱਜ ਕੱਲ੍ਹ ਸਲੰਮ ਆ, ਹਰ ਬੰਦਾ ਆਪਦਾ ਪੈਸਾ ਫਸਾਉਣ ਤੋਂ ਬਚਦਾ, ਮੇਰਾ ਪੈਸਾ ਨਾ ਫਸੇ। ਅਤੇ ਮਾਰਕੀਟ 'ਚ ਪੁਰਾਣਾ ਟਰੈਕਟਰ ਤਾਂ ਮੈਨੂੰ ਲੱਗਦਾ ਜਿਸ ਹਿਸਾਬ ਨਾਲ ਖੋਲ੍ਹਣ ਦਿਆ, ਇਕੱਲੇ ਪੰਜਾਬ 'ਚ ਨਹੀਂ ਹਰਿਆਣੇ ਪੰਜਾਬ ਹਰ ਸਟੇਟ ਦੇ ਵਿੱਚ, ਜਿੰਨਾ ਇੱਕ ਪੁਰਾਣੀ ਮਸ਼ੀਨਰੀ ਆਪਾਂ ਦਿੱਲੀ ਸੁਣਦੇ ਹੁੰਦੇ ਸੀ ਯਾਰ ਪੁਰਾਣੀ ਗੱਡੀ ਨਹੀਂ ਚੱਲਣ ਦੇਣੀ, ਇੰਨੇ ਟਾਈਮ ਤੋਂ ਗੱਡੀ ਪੁਰਾਣੀ ਬੰਦ ਹੋ ਜਾਣੀ ਆ, ਆਉਣ ਵਾਲੇ 1-2 ਸਾਲਾਂ ਦੇ ਵਿੱਚ ਮੈਨੂੰ ਲੱਗਦਾ ਆਪਣੇ ਹੀ ਨਹੀਂ 30-40 ਹੋਸ ਪਾਵਰ ਦਾ ਟਰੈਕਟਰ ਰਹਿ ਜਾਣਾ। ਤਕਰੀਬਨ ਏ ਬੀ ਸੀ ਗੇ ਟਰੈਕਟਰ, 60 ਹੋਸ ਪਾਵਰ ਟਰੈਕਟਰ, 3 ਸਪੀਡ ਟਰੈਕਟਰ ਦੀ ਸਾਰੇ ਮੰਗ ਕਰਨ ਦੇ ਆ, ਵੱਡੀ ਮਸ਼ੀਨਰੀ ਆ ਗਈ ਆ, ਡੀਜ਼ਲ ਮਹਿੰਗਾ, ਵਾਰ ਵਾਰ ਵਾਹੁਣ ਤੋਂ ਪੈਲੀ ਬਚਦਾ ਅਗਲਾ। ਪਟਿਆਲੇ ਦੇ ਵਿੱਚ ਵੀ ਤਕਰੀਬਨ 10-15 ਟਰੈਕਟਰ ਟਰੈਕਟਰ ਦੇਖੋ ਚਾਹੀਦੇ ਕਰ ਲਿਓ ਇੱਕ ਅੱਧੇ ਦਿਨ ਚ ਸੰਪਰਕ, ਵੀਡੀਓ ਬੈਂਡ ਦੇ ਨਾਲ ਨਾਲ ਕਰ ਲਿਆ ਕਰੋ, ਫਿਰ ਬਾਅਦ ਚੋਂ ਬਾਈ ਚੀਜ਼ ਵਿਕ ਜਾਂਦੀ ਹੈ। ਇਹਦਾ ਹਿੱਸਾ ਸਿੰਗਲ ਟਾਈ ਰਾਡ ਵਾਲਾ ਆਹ ਮਰਗਾਟ ਆ ਇਹਦੇ ਬਾਈ ਜੀ, ਬਹੁਤ ਸਾਫ਼ ਮਰਗਾਟ ਆ, ਰੀਨਲ ਪੈਂਦੇ ਇਹ ਨਵਿਆਂ ਦੇ ਬਰਾਬਰ ਹੀ ਆ, ਰੀਨਲ ਕੋਈ ਸਸਤੇ ਨੀਗੇ, ਪਰ ਇਹ ਆ ਵੀ ਇਹ ਚੀਜ਼ ਰੀਨਲ, ਜਿਹੜੀ ਰੀਨਲ ਆ ਜਿਹਨਾਂ ਨੇ ਰੀਨਲ ਚੀਜ਼ ਲੈਣੀ, ਦੇਖੋ ਰੰਗ ਵੀ ਅੰਦਰੋਂ ਅੱਧ ਤੱਕ ਜਿਹਦੀ ਆ ਸ਼ੋਅ ਬਾਈ ਜੀ, ਕਿਸੇ ਨੇ ਲੈਣੀ ਆ ਟੈਂਕੀ ਸ਼ੋਅ, ਸਾਰਾ ਸਮਾਨ ਮੈਂ ਇਕੱਠਾ ਸਾਂਭਣ ਲੱਗਿਆ। ਇਹਦੀ ਵਾਇਰਿੰਗ ਕੰਪਲੀਟ, ਪੈਰਦਾਨ ਅਤੇ ਆਪਣਾ ਆਹ ਮੀਟਰ ਵਗੈਰਾ ਮੱਥਾ ਸਾਰਾ ਸਾਈਡ ਡਿਸਟ੍ਰੀਬਿਊਟਰ ਕਿੱਟ ਲੱਗੀ ਆ ਨਾਲ, ਹੈ ਸਿੰਗਲ ਕਾਚ ਸੀਗਾ। ਆ ਲਿੰਕਾਂ ਜੈਕ ਆਪਣੇ ਕੋਲ ਮੈਂ ਲੈ ਲਈ ਇਹਦੇ ਕੋਲੋਂ, ਲਿੰਕਾਂ ਜੈਕ ਸ਼ੋਅ ਮਰਗਾਟ ਦੁਕਾਨ 'ਤੇ ਲੈ ਕੇ ਚੱਲਿਆ, ਅਤੇ ਇਹ ਤੋਂ ਪਤਾ 60 ਦਾ ਨੰਬਰ ਲੱਗਣ ਲੱਗਿਆ, 60 ਖੁੱਲ੍ਹਣ ਲੱਗੇ, ਪੱਲੇ ਵੀ ਤਾਂ ਦਿਖਾ ਦਿੰਦਾ ਪੱਲੇ ਜੇ ਲੈਣੇ ਹੋਏ ਕਿਸੇ ਨੇ। ਪੈਰਦਾਨ ਆ ਪੱਲੇ, ਠੀਕ ਆ ਦੋਸਤੋ, ਚੈਨਲ ਜ਼ਰੂਰ ਸਬਸਕ੍ਰਾਈਬ ਰੱਖੋ ਜਿਹੜੇ ਭਰਾ ਦੇਖਦੇ ਆ ਵੀਡੀਓ। 44 ਦਾ ਇੰਜਣ ਦੋਸਤੋ, ਮੈਂ ਪਹਿਲਾਂ ਬੇਨਤੀ ਕਰੀ ਸੀ ਕਈਆਂ ਨੂੰ, ਅਤੇ ਤੁਹਾਨੂੰ ਇਹਦੀ ਫਿਟਿੰਗ ਦਿਖਾਉਣਾ। ਅਗਲੇ ਬੋਲਟ ਜਿਹੜੇ ਆ ਇਹ ਅਸੀਂ ਉਹ ਖੋਲ੍ਹੇ ਆ, ਹੁਣ ਪਹਿਲਾਂ ਨਹੀਂ ਖੁੱਲ੍ਹੇ ਹੋਏ, ਕੰਪਨੀ ਫਿਟਿੰਗ ਦੇ ਬੋਲਟ ਖੋਲ੍ਹਣ ਦੇ ਆ, ਬੰਦਾ ਉੱਧਰ ਵੀ ਤੁਹਾਨੂੰ ਦਿਖਾਉਂਦੇ। ਇੱਥੇ ਜੈੱਕ ਦਾ ਇਸਤੇਮਾਲ ਘੱਟ ਹੀ ਹੁੰਦਾ, ਜੈੱਕ ਤੋਂ ਬਿਨਾਂ ਹੀ ਟਰੈਕਟਰ ਜ਼ਿਆਦਾ ਖੁੱਲ੍ਹਦੇ ਆ। ਆਹ ਦੇਖ ਸਕਦੇ ਹਾਂ ਚਾਬੀ ਹਾਲੇ ਤੱਕ ਨਹੀਂ ਲੱਗੀ ਕਿਸੇ ਨਟ ਨੂੰ,
ਅਤੇ ਜਿਨ੍ਹਾਂ ਭਰਾਵਾਂ ਨੇ 735 ਤੋਂ 44 ਕਰਨੇ ਆ ਇੰਜਣ, ਤਾਂ ਬਾਈ ਜੀ ਆਪਣਾ ਸੰਪਰਕ ਕਰ ਲਿਆ ਆਪਣੇ ਨੰਬਰ 'ਤੇ 9145043043 23। ਜਿਨ੍ਹਾਂ ਭਰਾਵਾਂ ਕੋਲ ਸਵਰਾਜ ਆ ਵੇਖ ਸਕਦੇ ਆ ਵਿਚਲਾ ਸਮਾਨ ਜਿਹੜਾ ਇਹਦਾ ਟਰੈਕਟਰ ਦੇ ਵਿੱਚ ਕੀ ਸਮਾਨ ਹੁੰਦਾ। ਅਤੇ ਸੁੱਕੀਆਂ ਬਰੇਕਾਂ ਇਹ ਟਰੈਕਟਰ ਆ, ਤੇਲ ਬਰੇਕਾਂ ਇਸੇ ਦੇ ਉੱਪਰ ਆਰਾਮ ਨਾਲ ਹੋ ਜਾਂਦੀਆਂ ਤੇਲ ਬਰੇਕਾਂ। ਜ਼ਿਆਦਾ ਖਰਾਬ ਹੋਣ ਵਾਲਾ ਜਿਹੜਾ ਪੋਰਸ਼ਨ ਆ ਇਹਦਾ ਆਹ ਜਿਹੜਾ, ਇਹਨੂੰ ਅਸੀਂ ਪਲੈਨ ਸ਼ਾਫਟ ਕਹਿ ਦਿੰਦੇ ਹਾਂ, ਗੋਲ ਗੇਅਰ ਕਹਿ ਦਿੰਦੇ ਹਾਂ, ਕਰਾਊਨ ਪਿਨ ਹੁੰਦਾ ਆਹ ਜਿਹੜਾ, ਅਤੇ ਆਹ ਦੋ ਚੀਜ਼ਾਂ ਇਹ ਕਰਾਊਨ ਪਿਨ ਆ। ਅਤੇ ਬਾਈ ਜੀ ਸਾਰੇ ਟਿਕਟਾਂ ਤੁਹਾਨੂੰ ਕਿਸੇ ਦਿਨ ਵਿੱਚੋਂ ਜਿਸ ਤਰ੍ਹਾਂ ਜਿਹੜਾ ਜਿਹੜਾ ਸਮਾਨ ਹੁੰਦਾ ਤੁਹਾਨੂੰ ਦਿਖਾਊਂਗਾ। ਅਤੇ ਜਿਹੜਾ ਲੋ ਗੇਅਰ ਲੱਗਦਾ ਆਪਣਾ ਟਰੈਕਟਰ ਦਾ ਆਹ ਦੇਖ ਸਕਦੇ ਹਾਂ, ਆਹ ਟਰੈਕਟਰ ਵਾਲਾ ਲੋ ਆ। ਇੱਕ ਰਿਵਰਸ ਪੀਡੀਓ ਦੀ ਚਲੋ ਗੱਲ ਚੱਲੀ ਅੱਜ ਆਪਾਂ ਕਰ ਹੀ ਲਈਏ। ਜਿਹੜਾ ਰਿਵਰਸ ਪੀਡੀਓ ਟਰੈਕਟਰ ਆ, ਕਈ ਭਰਾ ਸੋਚਦੇ ਆ ਵੀ ਆਹ ਦੋ ਘਰਾਰੀਆਂ ਤੋਂ ਰਿਵਰਸ ਪੀਟੀਓ, ਇਹ ਤਾਂ ਸਿਰਫ ਇੱਕ ਟਰੈਕਟਰ ਨੂੰ ਖੜ੍ਹੇ ਦੀ ਪੀਟੀਓ, ਜਦੋਂ ਆਪਾਂ ਬੈਕ ਤੋਰਾਂਗੇ ਤਾਂ ਤਾਂ ਪਿੱਠੀ ਪੀਟੀਓ ਘੁੰਮਣੀ ਆ। ਜਿਹੜਾ ਰਿਵਰਸ ਪੀਟੀਓ ਟਰੈਕਟਰ ਹੁੰਦਾ ਉਹਦੇ ਇੱਥੇ ਸਿਸਟਮ ਥੱਲੇ ਹੋਰ ਹੁੰਦਾ, ਗੇਅਰਾਂ 'ਚ ਪੀਟੀਓ ਦਾ ਸਵਰਾਜ ਦੇ ਉਹ ਹੁੰਦਾ ਖੜ੍ਹੇ ਟਰੈਕਟਰ ਦੇ ਪੀਟੀਓ ਪੁੱਠੀ ਘੁੰਮਾਉਣ ਵਾਸਤੇ। ਇਹ ਰਿਵਰਸ ਪੀਟੀਓ ਦਾ ਟਰੈਕਟਰ ਦੇ ਵਿੱਚ ਗੇਅਰਾਂ ਦੇ ਵਿੱਚ ਫਰਕ ਹੁੰਦਾ, ਅਤੇ ਸਿੰਪਲ ਟਰੈਕਟਰ ਜਿਹੜੇ ਆਪਣੇ ਰਿਵਰਸ ਪੀਟੀਓ ਹੋ ਜਾਂਦੇ ਆ। ਜਿਹੜੇ ਮਰਜ਼ੀ ਨੂੰ ਤੁਸੀਂ ਰਿਵਰਸ ਪੀਟੀਓ ਕਰ ਲਓ ਸਵਰਾਜ ਨੂੰ, ਉਹਦੇ ਉੱਪਰ ਹੀ ਸਮਾਨ ਲੱਗ ਜਾਂਦਾ ਹੁੰਦਾ। ਸਾਡੇ ਕੋਲ ਗੇਅਰ ਲਿਆਓ, ਕਿਸੇ ਗੱਲ ਦਾ ਤੁਹਾਨੂੰ ਨਹੀਂ ਸਮਝ ਆਉਂਦੀ ਸਾਨੂੰ ਪੁੱਛੋ, ਤੁਹਾਨੂੰ ਦੱਸਾਂਗੇ। ਅਤੇ ਬਾਈ ਜੀ ਇਹ ਸਿੰਪਲ ਲੋਹ ਆ, ਲੋਹ ਮੀਨਸ ਆਹ ਹੁੰਦਾ, ਦੇਖੋ ਆਪਾਂ ਲੋਹ ਲਾ ਤਾ, ਆਹ ਜਿਹੜਾ ਕੈਰੀ ਯੂਨਿਟ ਆ ਇਹਦੇ ਨਾਲ ਸਾਰੇ ਚੱਕਰ ਘੱਟ ਜਾਂਦੇ ਆ। ਜਿਹੜਾ ਆਪਾਂ ਏ ਬੀ ਸੀ ਕਰਦੇ ਹਾਂ ਇਹਦੇ ਨਾਲ ਦਾ ਇੱਕ ਪੋਰਸ਼ਨ ਹੋਰ ਆਪਾਂ ਐਕਸਟਰਾ ਲਗਾ ਦਈਦਾ, ਅਤੇ ਉਹਦੇ ਨਾਲ ਡਬਲ ਲੋਹ ਹੋ ਜਾਂਦਾ। ਇੱਕ ਲੋਹ ਤਾਂ ਕੰਪਨੀ ਦਾ ਹੋਵੇ, ਇੱਕ ਆਪਾਂ ਅੱਗੇ ਲਾ ਲਿਆ, ਜਿਹਦੇ ਨਾਲ ਤੋਰਾ ਆਪਣਾ ਦੁੱਗਣਾ ਘੱਟ ਜਾਂਦਾ, ਜਿੰਨਾ ਕੰਪਨੀ ਨੇ ਘਟਾਇਆ ਹੋਇਆ ਉਹਦੇ ਨਾਲ ਦੁੱਗਣਾ ਘੱਟ ਜਾਂਦਾ। ਜਿਹੜੇ ਆਪਾਂ ਸਪੀਡ ਟਰੈਕਟਰਾਂ ਦੀ ਘਟਾਈ ਆ, ਕਿਉਂ ਪੀ ਟੀ ਓ ਦਾ ਹੁੰਦਾ ਡਾਇਰੈਕਟ ਚੱਕਰ, ਜਿਹੜੀ ਪੁਲੀ ਵਾਲੀ ਸ਼ਾਫਟ ਆ ਕਰੋਸ ਦੀ ਸ਼ਾਫਟ ਆ ਉਹਨੇ ਉਨਾ ਹੀ ਘੁੰਮਣਾ, ਅਤੇ ਟਰੈਕਟਰ ਦਾ ਤੋਰਾ ਉਹਦੇ ਨਾਲ ਘੱਟ ਜਾਂਦਾ। ਜਿਹੜੀ ਪੀ ਟੀ ਓ ਸ਼ਾਫਟ ਜਿਹੜੀ ਆਪਣੀ ਆਉਣ ਦੀ ਆ ਟਰੈਕਟਰ ਦੇ ਗੇਅਰ 'ਚੋਂ ਸਿੱਧੀ ਡਾਇਰੈਕਟ ਆਉਣ ਦੀ ਆ, ਉਹਦੇ ਨਾਲ ਤੋਰਾ ਘਟਾਉਣ ਦਾ ਕੋਈ, ਉਹਦੇ ਅੱਗੇ ਦੋ ਕਰਾਰੀਆਂ ਅੱਡ ਹੁੰਦੀਆਂ 540 ਦੀਆਂ ਜਾਂ 1000 ਦੀਆਂ। ਜਿਹੜਾ ਟਰੈਕਟਰ ਦਾ ਤੋਰਾ ਇੱਥੋਂ ਘਟਾਇਆ ਗਿਆ ਵਾ। ਤੇਲ ਬ੍ਰੇਕ